ਸਾਰੇ ਆਪਣੇ ਰਸਮਾਂ ਦੀ ਸਫਲਤਾ ਵਾਸਤੇ
ਸ਼ਬਦ ਦੀਆਂ ਸਿੱਧੀਆਂ ਧਾਰਨਾ ਵਾਲਾ ਕੀਰਤਨ ਹੈ। ਇਹਦੇ ਵਿੱਚ ਆਪਾਂ ਨੂੰ ਆਨੰਦ ਤਾਂ ਆਵੇਗਾ ਜੇ ਸਾਰੀ ਸੰਗਤ ਆਪਣੀ ਵਾਰੀ ਸਵੇਰੇ ਸ਼ਬਦ ਦੀ ਧਾਰਨਾ ਪੜ੍ਹੇਗੀ। ਇਸ ਕਰਕੇ ਇਹਦੇ ਵਾਸਤੇ ਵੀ ਜ਼ਰੂਰੀ ਹੈ ਕਿ ਸਭ ਗੁਰੂ ਮਹਾਰਾਜ ਭਾਈ ਥੋੜ੍ਹਾ ਨੇੜੇ ਹੋ ਕੇ ਬੈਠੋ, ਬਜਾਏ ਦੂਰ ਦੂਰ ਬੈਠਣ ਦੇ। ਕਿਉਂਕਿ ਵੈਸੇ ਵੀ ਇਹ ਸਤਿਗੁਰੂ ਜੀ ਦਾ ਅਦਬ ਹੈ। ਆਪਾਂ ਸਤਿਗੁਰੂ ਜੀ ਤੋਂ ਦੂਰ ਬੈਠੇ ਸੁਭਾਅ ਨਹੀਂ ਪਾਉਂਦੇ। ਆਪਾਂ ਰੋਜ਼ ਪੜ੍ਹਦੇ ਹਾਂ ਸੱਜਣ ਨੂੰ ਸੱਚਾ ਪਾਤਸ਼ਾਹ ਹੋ ਸਿਰਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋਈ ਹੈ ਸਭਨਾਂ ਦਾ। ਇਸ ਕਰਕੇ ਖਾਸ ਕਰਕੇ ਸਾਡੇ ਇਹਨਾਂ ਮੰਤਾਂ ਦੇ ਵਿੱਚ ਹੀ ਇਹ ਦੇਖਣ ਨੂੰ ਚਾਹੁੰਦਾ ਹੈ ਕਿ ਆਪਣਾ ਇੱਕ ਸੁਭਾਅ ਬਣ ਗਿਆ, ਫਿਕਰ ਬਣ ਗਈ ਹੈ। ਆਪਾਂ ਦੂਰ ਦੂਰ ਹੋ ਕੇ ਬੈਠਦੇ ਹਾਂ ਅਤੇ ਕੋਈ ਮਜ਼ਬੂਰੀ ਹੋਵੇ ਦੂਰ ਬੈਠਣਾ ਹੋਣ ਹੈ, ਜਾਂ ਕਿਸੇ ਨੂੰ ਕੋਈ ਸਰੀਰਕ ਤੌਰ 'ਤੇ ਕੋਈ ਪ੍ਰੋਬਲਮ ਹੋਵੇ, ਸਮੱਸਿਆ ਹੋਵੇ, ਉਹ ਦੂਰ ਕੰਧਰਾਂ ਢਾਸਣਾਂ ਲਾ ਕੇ ਬੈਠ ਜਾਂਦੇ ਅਤੇ ਗੱਲ ਹੈ ਜੁਦਾ। ਨਹੀਂ, ਬਿਹਤਰ ਇਹੋ ਹੀ ਹੈ ਕਿ ਆਪਾਂ ਸਤਿਗੁਰੂ ਜੀ ਦੇ ਨਜ਼ਦੀਕ ਹੋ ਕੇ ਬੈਠੀਏ। ਔਰ ਖਾਸ ਕਰ ਜਿਹੜਾ ਸਿੱਧੀਆਂ ਧਾਰਨਾ ਵਾਲਾ ਕੀਰਤਨ ਹੈ, ਇਹਦੇ ਵਿੱਚ ਤੁਹਾਨੂੰ ਵੀ ਆਨੰਦ ਆਵੇਗਾ ਜਦੋਂ ਤੁਸੀਂ ਸ਼ਬਦ ਵਿੱਚ ਬੋਲੋਗੇ। ਔਰ ਬਾਕੀ ਸਾਰੀ ਸੰਗਤ, ਕਿਉਂਕਿ ਮਹਾਂਪੁਰਖਾਂ ਨੇ ਰਿਵਾਜ ਚਲਾਈ ਹੈ, ਇਸ ਪਰੰਪਰਾ ਅਨੁਸਾਰ ਆਪਾਂ ਸਾਰੇ ਸ਼ਬਦ ਦੀ ਧਾਰਨਾ ਪੜ੍ਹ ਕੇ ਰਸਮਾਂ ਪਵਿੱਤਰ ਕਰ ਸਕਦੇ ਹਾਂ। ਇਸ ਕਰਕੇ ਕੋਈ ਵੀ ਰਸਮਾਂ ਸ਼ਬਦ ਦੀ ਧਾਰਨਾ ਪੜ੍ਹੇ ਤੋਂ ਬਗੈਰ ਵਾਂਝੀ ਨਾ ਰਹੇ। ਤੂੰ ਮੇਰੇ ਪ੍ਰਾਣ ਆਧਾਰੇ ਪ੍ਰਾਪੀ
ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਗੁਰਬਾਣੀ ਦੀ ਕਥਾ ਦਾ ਆਨੰਦ ਮਾਣ ਰਹੇ ਹੋਰ ਕੁਝ ਸਮੇਂ ਵਾਸਤੇ ਆਪਣੀਆਂ ਮਨੋਵਰਤੀਆਂ ਇਕਾਗਰ ਕਰੋ ਆਪਣੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ ਤਾਂ ਜੋ ਆਪਾਂ ਮਨ ਦੀ ਇਕਾਗਰਤਾ ਪ੍ਰਮੁਖਤਾ ਦੁਆਰਾ ਗੁਰਬਾਣੀ ਦੇ ਕੀਰਤਨ ਉਪਰੰਤ ਗੁਰਮਤ ਦੀਆਂ ਵਿਚਾਰਾਂ ਤੋਂ ਪੂਰਾ ਪੂਰਾ ਲਾਭ ਉਠਾ ਸਕੀਏ। ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਕਥਨ ਕਰਦੇ ਹਨ ਜਿੰਨਾ ਸਮਾਂ ਆਪਾਂ ਸਤਿਗੁਰੂ ਜੀ ਦੀ ਪਵਿੱਤਰ ਗੁਰੂ ਚ ਬੈਠ ਕੇ ਗੁਰਮੁਖਾਂ ਦੇ ਪਾਸੋਂ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਰਦੀਆਂ ਕਥਾ ਮਾਤਾ ਸੁਣਦੇ ਹਨ ਜਿਹੜਾ ਉਸਦਾ ਮਹਾਤਮ ਹੈ ਉਸਦਾ ਫਲਾ ਬਿਆਨ ਨਹੀਂ ਕੀਤਾ ਜਾ ਸਕਦਾ। ਥੋੜੇ ਸਮੇਂ ਤੋਂ ਬਹੁਤਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਭਾਈ ਗੁਰਦਾਸ ਜੀ ਆਪਣੇ ਇਸ ਕਥਨ ਦੀ ਪ੍ਰੋੜਤਾ ਵਾਸਤੇ ਤਿੰਨ ਦ੍ਰਿਸ਼ਟਾਂਤ ਦਿੰਦੇ ਹਨ। ਕਿਸੇ ਦੇ ਮਨ ਉੱਤੇ ਸੰਦੇਹ ਨਾ ਰਹਿ ਜਾਵੇ ਕਿ ਥੋੜੇ ਸਮੇਂ ਤੋਂ ਬਹੁਤਾ ਲਾਭ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਪਹਿਲਾ ਦ੍ਰਿਸ਼ਟਾਂਤ ਦਿੰਦੇ ਹਨ ਜੈਸੇ ਜੀ ਦਾ ਹੱਥ ਮੈਂ ਤੁਹਾਨੂੰ ਸੋ ਦਿਖਾਈ ਦੇ ਮੋਲ ਪਾਏ ਤੇ ਦਮ ਨੂੰ ਭਰਤ ਭੰਗਾ ਗਈ ਹੀਰਾ ਗੇਟ ਨੂੰ ਬਹੁਤ ਛੋਟਾ ਜਿਹਾ ਦਿਸਦਾ ਹੈ ਹੱਥ ਦੀ ਤਲੀ ਬਹੁਤਾ ਵੱਡਾ ਨਹੀਂ ਲੱਗਦਾ ਪਰ ਜਦੋਂ ਉਸਦਾ ਮੁੱਲ ਪੈਂਦਾ ਹੈ ਉਸ ਪੱਥਰ ਦੇ ਛੋਟੇ ਜਿਹੇ ਟੁਕੜੇ ਬਣਦੇ ਮਾਇਆ ਨਾਲ ਖਜ਼ਾਨੇ ਭਰ ਜਾਂਦੇ ਹਨ। ਜੈਸੇ ਦਰਵਾਜ਼ੇ ਹੁੰਦੀ ਦਾਲਤ ਨਾ ਭਾਰ ਕਛ ਆਕਾ ਜਾਏ ਪਾਇਤ ਲਕਸ਼ਮੀ ਅਪਾਰ ਅੱਜ ਕੱਲ੍ਹ ਬੈਂਕਿੰਗ ਸਿਸਟਮ ਚੱਲਦਾ ਹੈ ਪਹਿਲੀਆਂ ਸਮਿਆਂ 'ਚ ਸ਼ਾਹੂਕਾਰਾਂ ਦੀਆਂ ਹੁੰਦੀਆਂ ਚੱਲਦੀਆਂ ਜਿਸ ਤਰ੍ਹਾਂ ਅੱਜ ਕੱਲ੍ਹ ਆਪਾਂ ਆਪਣਾ ਧਨ ਕਿਸੇ ਹੋਰ ਸ਼ਹਿਰ 'ਚ ਭੇਜਣਾ ਹੋਵੇ ਟ੍ਰਾਂਸਫਰ ਕਰਨਾ ਹੋਵੇ ਆਪਾਂ ਆਪਣੇ ਕੋਲੋਂ ਚੈੱਕ ਲਿਖ ਦਿੰਦੇ ਹਾਂ ਜਾਂ ਬੈਂਕ ਦਾ ਡਰਾਫਟ ਬਣਾ ਲੈਂਦੇ ਹਾਂ ਜਾਂ ਅੱਜ ਕੱਲ੍ਹ ਹੋਰ ਵੀ ਸੌਖਾ ਕੰਮ ਹੋ ਗਿਆ ਹੈ ਆਪਾਂ ਕ੍ਰੈਡਿਟ ਕਾਰਡ ਯੂਜ ਕਰ ਲੈਂਦੇ ਹਾਂ ਪਹਿਲਿਆਂ ਸਮਿਆਂ ਵਿੱਚ ਕਿਸੇ ਨੇ ਆਪਣੀ ਮਾਇਆ ਆਪਣਾ ਧਨ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਭੇਜਣਾ ਹੁੰਦਾ ਉੱਥੋਂ ਦੇ ਕਿਸੇ ਸ਼ਾਹੂਕਾਰ ਦੇ ਨਾਂ ਹੁੰਦੀ ਕਰ ਦਿੱਤੀ ਜਾਂਦੀ ਉਹ ਹੁੰਦੀ ਵਾਲੀ ਕਰਜ਼ ਉਹ ਵੀ ਬੈਂਕ ਦੇ ਚੈੱਕ ਵਾਇਰ ਕਾਗਜ਼ ਦਾ ਟੁਕੜਾ ਹੀ ਹੋਇਆ ਕਰਦਾ ਭਾਈ ਸਾਹਿਬ ਜੀ ਦੂਸਰਾ ਦ੍ਰਿਸ਼ਟਾਂਤ ਉਸ ਮੁੰਡੇ ਦੀ ਕਰਜ਼ਾ ਦੇਖਦੇ ਹੁੰਦੀ ਵਾਲੀ ਕਰਜ਼ ਬਹੁਤ ਹੀ ਭਾਰੀ ਨਹੀਂ ਹੁੰਦੀ ਉਸਨੂੰ ਆਸਾਨੀ ਦੇ ਨਾਲ ਸਾਂਭ ਕੇ ਰੱਖਿਆ ਜਾ ਸਕਦਾ ਹੈ ਪਰ ਜਿਸ ਸ਼ਾਹੂਕਾਰ ਦੇ ਨਾਂ ਹੁੰਦੀ ਲਿਖੀ ਹੁੰਦੀ ਹੈ ਸ਼ਾਹੂਕਾਰ ਉਹ ਕਾਗਜ਼ ਦਾ ਟੁਕੜਾ ਦੇਖ ਕੇ ਉਹਦੇ ਬਦਲੇ ਬਹੁਤ ਸਾਰੀ ਮਾਇਆ ਦੇ ਦਿੰਦਾ ਆਗਿਆ
ਦੇ ਰਹੇ ਨੇ ਜੈਸੇ ਬਟ ਵੀਰ ਅਤ ਸੂਰਮ ਸਰੂਪ ਹੋਤ ਬੋਰਡ ਦਾ ਵਿੱਚ ਇੱਧਰ ਤਾਂ ਹੁੰਦਾ ਨਹੀਂ ਤੁਹਾਡੇ ਉੱਥੋਂ ਜ਼ਿਆਦਾਤਰ ਗੁਰੂ ਬਣਾਏ ਭਾਈ ਜਿਹੜੇ ਹਿੰਦੁਸਤਾਨ ਤੋਂ ਜਾਂ ਪੰਜਾਬ ਤੋਂ ਆਏ ਨੇ ਉਹਨਾਂ ਨੂੰ ਉੱਥੇ ਬੋਰਡ ਦੇ ਵਿੱਚ ਦੇਖੇ ਹੋਣਗੇ ਬਹੁਤ ਵੱਡੇ ਵਿਸਥਾਰ ਵਾਲੇ ਵਿੱਚ ਹੁੰਦਾ ਹੈ ਜਦੋਂ ਉਹ ਪੂਰੀ ਤਰ੍ਹਾਂ ਵੱਧ ਖੁੱਲ ਜਾਂਦਾ ਹੈ ਇੱਕ ਵਿੱਚ ਦੀ ਛਾਂ ਹੇਠ ਹੀ ਹਜ਼ਾਰਾਂ ਬੰਦੇ ਬੈਠ ਸਕਦੇ ਬੀਜ ਦਾ ਬਹੁਤ ਸੂਖਮ ਬਹੁਤ ਬਾਰੀਕ ਖਸ ਖਸ ਦੇ ਦਾਣੇ ਹੁੰਦੇ ਨਾਲ ਜੈਸੇ ਬਟ ਬੀਜ ਅਤ ਸੂਖਮ ਸਰੂਪ ਬੋਤ ਭਾਈ ਸਾਹਿਬ ਜੀ ਕਹਿ ਰਹੇ ਨੇ ਜਿਸ ਤਰ੍ਹਾਂ ਗੋਬਰ ਦਾ ਬੀਜ ਚ ਹੁੰਦਾ ਬਹੁਤ ਸੂਖਮ ਬਹੁਤ ਬਾਰੀਕ ਪਰ ਜਦੋਂ ਫਲੀ ਭੂਤ ਹੁੰਦਾ ਹੈ ਗੋਰੇ ਸਾਹਿਬ ਬਿਲਕੁਲ ਦੇਖਾ ਵਿਸਥਾਰ ਜੀ ਪਹਿਲਾਂ ਛੋਟਾ ਛੋਟਾ ਜਿਹਾ ਪੌਦਾ ਹੁੰਦਾ ਹੈ ਵੱਧਦਾ ਵੱਧਦਾ ਬਹੁਤ ਵਿਸਥਾਰ ਵਾਲਾ ਦ੍ਰਿਸ਼ ਬਣ ਜਾਂਦਾ ਹੈ ਇਤਿਹਾਸ ਦੇ ਦ੍ਰਿਸ਼ਟਾਂਤ ਦੇ ਕੇ ਤਖੀਰ ਵਿੱਚ ਭਾਈ ਸਾਹਿਬ ਜੀ ਕਥਨ ਕਰਦੇ ਹਨ ਐਸੇ ਗੁਰਬਚਨ ਸਚਨ ਗੁਰ ਸਿੱਖਣ ਮੈਂ ਜਾਣੀਆਂ ਮਹਾਤਮ ਗਏ ਹੀ ਹਰਦੁਆਰ ਬਿਲਕੁਲ ਇਸੇ ਤਰ੍ਹਾਂ ਗੁਰਮੁਖਾਂ ਦੇ ਸਤਿਪੁਰਸ਼ਾਂ ਦੀ ਸੋਧ ਬੈਠ ਕੇ ਯੁਗਤ ਗ੍ਰਹਿਣ ਕੀਤਾ ਜਾਂਦਾ ਹੈ ਜੋ ਸ਼ੁਰੂ ਗੁਣ ਗ੍ਰਹਿਣ ਕੀਤੇ ਜਾਂਦੇ ਨੇ ਸੰਚਨ ਕੀਤੇ ਜਾਂਦੇ ਨੇ ਜੋ ਪਰਮਾਤਮਾ ਦੇ ਅਕਾਲਪੁਰਖ ਵਾਹਿਗੁਰੂ ਦੇ ਕਰਨੀਆਂ ਕਥਾ ਵਾਰਤਾ ਸੁਣੀਆਂ ਜਾਂਦੀਆਂ ਹਨ ਉਹਨਾਂ ਦਾ ਮਹਾਤਮ ਜਾਣੀਏ ਮਹਾਤਮ ਗਏ ਹੀ ਹਰਦੁਆਰ ਉਧਰੋਂ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਦਰਬਾਰ ਪਹੁੰਚੀਦਾ ਹੈ ਪਰਮਾਤਮਾ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਕੁਝ ਘੜੀਆਂ ਜੀ ਕੀਤੀ ਹੋਈ ਸਤਸੰਗਤ ਉਹਦਾ ਜਮਾਂ ਦੀਆਂ ਪਾਈਆਂ ਤੋਂ ਛੁਟਕਾਰਾ ਕਰਵਾ ਦਿੰਦੀ ਹੈ ਇਸ ਕਰਕੇ ਭਗਤ ਕਬੀਰ ਜੀ ਨੇ ਵੀ ਕਥਨ ਕੀਤਾ ਹੈ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੁੰਦੇ ਆਦਿ ਅੱਜ ਕੱਲ੍ਹ ਜਿਹੜੇ ਸਮੇਂ ਦੇ ਯੂਨਿਟਸ ਨੇ ਬਦਲ ਗਏ ਨੇ ਆਪਾਂ ਸਮੇਂ ਦੀ ਗਿਣਤੀ ਮਿਣਤੀ ਘੰਟਿਆਂ ਵਿੱਚ ਮਿੰਟਾਂ ਵਿੱਚ ਕਰਦੇ ਹਾਂ ਜਿਹੜੇ ਉਸ ਵਕਤ ਸਮੇਂ ਦੇ ਯੂਨਿਟਸ ਸਮੇਂ ਦੀਆਂ ਇਕਾਈਆਂ ਸਨ ਵਿਸੋਏ ਚੱਸਿਆ ਘੜੀਆਂ ਪਹਿਰਾਂ ਛੱਤੀ ਵਾਰੀ ਮਾਂ ਹੋਵਾ ਉਹ ਇਹ ਇਕਾਈਆਂ ਸਨ ਦਿਨ ਰਾਤ ਦੇ ਅੱਠ ਪਹਿਰ ਇੱਕ ਪਹਿਰ ਦੇ ਵਿੱਚ ਅੱਠ ਘੜੀਆਂ ਬਦਲੇ
ਮਿਲਦਾ ਹੈ। ਜਿਹੜਾ ਗੁਰੂ ਦੇ ਦਰਬਾਰ ਵਿੱਚ ਆ ਕੇ ਨਾਮ ਦਾ ਵਪਾਰ ਕਰਨਾ ਹੈ, ਇਸ ਨਾਮ ਦੇ ਬਦਲੇ ਵਿੱਚ ਵੀ ਕੋਈ ਚੀਜ਼ ਦੇਣੀ ਪੈਂਦੀ ਹੈ। ਔਰ ਸਾਧਕ ਤੇ ਬੜਾ ਅਸਤਰ ਵਪਾਰ ਹੈ, ਗੁਰੂ ਵੀ ਬੜਾ ਅਸਤਰ ਸੌਦਾਗਰ ਹੈ। ਔਰ ਜੀਵ ਨੂੰ ਕਹਿੰਦਾ ਹੈ ਕਿ ਇਹ ਜੀਵ ਜਿਹੜਾ ਤੇਰਾ ਸਭ ਤੋਂ ਵੱਡਾ ਦੁਸ਼ਮਣ ਹੈ, ਤੂੰ ਉਸਨੂੰ ਮੇਰੇ ਹਵਾਲੇ ਕਰਦਾ। ਤੇਰਾ ਸਭ ਤੋਂ ਵੱਡਾ ਦੁਸ਼ਮਣ ਹੈ ਤੇਰਾ ਅਹੰਕਾਰ, ਉਹ ਅਹੰਕਾਰ ਮੇਰੇ ਕੋਲ ਛੱਡ, ਮੈਂ ਤੈਨੂੰ ਬਦਲੇ ਵਿੱਚ ਉਹ ਵਸਤੂ ਜਾਂ ਉਹ ਚੀਜ਼ ਦਾ ਦਾਨ ਦਿਆਂਗਾ ਜਿਹਦੀ ਕੀਮਤ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਸਾਈ ਨਾਮ ਅਮੋਦ ਕੀਮ ਨਾ ਕੋਈ ਜਾਣ ਤੋਂ, ਜਿਹਨਾਂ ਭਾਰ ਮਕਾਏ ਸੇ ਨਾਨਕ ਸਾਹਿਬ ਪੁੱਜ ਹੀ ਨਹੀਂ ਸਕਦਾ।
ਸਾਧਨ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਹੋਰ ਸਾਧਨ ਵੀ ਕਿਤੇ ਜਾ ਸਕਦੇ ਔਰ ਸਤਿਗੁਰੂ ਜੀ ਨੇ ਅੱਗੇ ਜਾ ਕੇ ਉਹਨਾਂ ਦਾ ਵਿਸਥਾਰ ਵਿੱਚ ਜ਼ਿਕਰ ਵੀ ਕੀਤਾ ਹੈ। ਜਾਪ, ਤਾਪ, ਗਿਆਨ, ਸਭ ਧਿਆਨ, ਖਟ ਸ਼ਾਸਤਰ, ਸਿਮਤ ਵਖਿਆਨ, ਯੋਗ ਅਭਿਆਸ, ਕਰਮ ਧਰਮ ਕਰਿਆ, ਸਬਦ ਤਿਆਗ, ਮਨ ਵਧੇ ਕਰਿਆ, ਅੰਗ ਪ੍ਰਕਾਰ ਕੀਏ ਬਹੁਤ ਰਤਨਾ, ਪੁੰਨ ਦਾਨ ਮੁੰਨੇ ਬਹੁਤ ਰਤਨਾ, ਸਰੀਰ ਕਟਾਏ ਹੋ ਮੈਂ ਤਬ ਰਾਤੀ ਵਰਤ ਨਿਯਮ ਕਰੈ ਬਹੁ ਭਾਂਤੀ ਨਹੀਂ ਤੁਦ ਰਾਮ ਨਾਮ ਵਿਚਾਰ। ਇਹ ਸਾਰੇ ਸਾਧਨਾਂ ਦਾ ਜ਼ਿਕਰ ਕਰਕੇ ਅਖੀਰ ਸਤਿਗੁਰੂ ਜੀ ਨੇ ਸਿੱਟਾ ਇਹੋ ਹੀ ਕੱਢਿਆ, ਨਹੀਂ ਤੁਦ ਰਾਮ ਨਾਮ ਵਿਚਾਰ, ਨਾਨਕ ਗੁਰੂ ਨਾਮ ਜਪਿਆ ਹੈ। ਇੱਕ ਵਾਰ ਭਗਤ ਨਾਮਦੇਵ ਜੀ ਤੋਂ ਆਪਣਾ ਇੱਕ ਐਕਸਪੀਰੀਅੰਸ ਸੰਸਾਰ ਦੇ ਨਾਲ ਸਾਂਝਾ ਕਰਦੇ, ਕਿਉਂਕਿ ਉਹਨਾਂ ਨੇ ਆਪ ਨਾਮ ਜਪਿਆ ਮਨ ਵਚਨਾ ਕਰਮਾ ਕਰਕੇ। ਗੋਬਿੰਦ 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 ਸਭ ਨਾਮ ਦਿਓ ਮਨ ਦੇਣਾ, ਆਠ ਨਾਮ ਨੂੰ ਠੀਕ ਕਰੋ। ਜਾਤ ਬਿਮਾਨੀ ਤੇ ਉਹਨਾਂ ਨੂੰ ਉਹਦੀ ਪੱਗੀ ਦਾ ਛੀਮਾ ਹੀ ਕਹਿੰਦੇ ਸਨ। ਪਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚ ਉਹ ਆਦਮੀ ਧੰਨ ਕਰਕੇ ਮਾਲਾ ਮਾਲ ਬਣ ਗਏ। ਆਠ ਨਾਮ ਨੂੰ ਠੀਕ ਕਰੋ ਬੋਲੋ।
ਜਿਨ੍ਹਾਂ ਨੂੰ ਆਤਮ ਧੰਨ ਕਰਕੇ ਸਤਿਗੁਰੂ ਦੀ ਮਾਲਾ ਮਾਲ ਮੰਨਦੇ ਹਨ ਉਹ ਸੰਸਾਰ ਦੇ ਲੋਕਾਂ ਦੀ ਦ੍ਰਿਸ਼ਟੀ ਦੇ ਵਿੱਚ ਗਰੀਬ ਹੋ ਸਕਦੇ ਨੇ, ਉਹ ਜਾਤ ਭਾਨੀਆਂ ਦੀ ਦ੍ਰਿਸ਼ਟੀ ਵਿੱਚ ਕੰਗਾਲ ਹੋ ਸਕਦੇ ਨੇ, ਪਰ ਸਤਿਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਸ਼ਾਹਾਨ ਸ਼ਾਹ ਹਨ ਜਿਸ ਨੂੰ ਬਖਸ਼ੇ ਸੰਸਾਰ ਨਾਨਕ ਪਾਤਸ਼ਾਹੀ ਪਾਤਸ਼ਾਹ। ਦੇਖੋ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦਰਬਾਰ ਸੱਜਿਆ, ਆਪ ਆਪਣੇ ਸਿੰਘਾਸਨ ਉੱਪਰ ਸੁਸ਼ੋਭਿਤ ਹਨ, ਸੀਸ ਉੱਪਰ ਤਲਵਾਰ ਤਾਣੀ ਹੈ, ਚੌਰ ਬੰਦਾ ਚੌਰ ਕਰ ਰਿਹਾ ਹੈ, ਗੁਰੂ ਘਰ ਦੇ ਬਾਬੇ ਗੁਰਬਾਣੀ ਦਾ ਗਾਇਨ ਗੁਰਬਾਣੀ ਦਾ ਕੀਰਤਨ ਕਰ ਰਹੇ ਹਨ, ਬਹੁਤ ਸਾਰੇ ਗੁਰੂ ਕੁਮਾਰੀ ਭਾਈ ਸਤਿਗੁਰੂ ਜੀ ਦੇ ਸੱਚਖੰਡ ਦਰਬਾਰ ਵਿੱਚ ਬੈਠ ਕੇ ਬਾਣੀ ਗੁਰੀਆਂ ਪੁੱਤ ਨੂੰ ਉਹਨਾਂ ਨੇ ਦੁਨੀਆਂ ਦੁਆਰਾ ਛੱਡ ਕੇ ਤ੍ਰਿਪਤ ਹੋ ਰਹੇ ਹਨ। ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਚਰਨ ਗੁਜੀ ਸੀਤ ਹੋਏ ਬਨੂਆ ਸਤਿਗੁਰ ਕਾ ਦਰਸ਼ਨ ਪਾਏ ਹੋਏ। ਸੋ ਆਪਦੇ ਦਰਬਾਰ ਵਿੱਚ ਮੈਨੂੰ ਵੈਕੁੰਠ ਦਾ ਨਜ਼ਾਰਾ ਬਣਿਆ। ਉਹ ਸਾਧਕ ਇੱਕ ਵੈਕੁੰਠ ਹੈ ਜਿਹੜਾ ਮਨ ਤੋਂ ਬਾਹਰ ਪ੍ਰਾਪਤ ਹੁੰਦਾ ਹੈ। ਉਹ ਵੈਕੁੰਠ ਕਿਹੋ ਜਿਹਾ ਹੈ? ਜਿਹਨਾਂ ਨੇ ਦੇਖਿਆ ਕਿਸੇ ਨੇ ਆ ਕੇ ਦੱਸਿਆ ਨਹੀਂ, ਇੱਕ ਵੈਕੁੰਠ ਹੋਰ ਹੈ ਜਿਹਦਾ ਨਜ਼ਾਰਾ ਆਪਾਂ ਇਸ ਵਾਰ ਲੋਕ ਤੇ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹਾਂ, ਜਿਸਦਾ ਆਨੰਦ ਆਪ ਮਾਣ ਸਕਦੇ ਹਾਂ। ਉਸ ਵੈਕੁੰਠ ਦੀ ਬਾਬਤ ਭਗਤ ਕਬੀਰ ਜੀ ਕਥਨ ਕਰਦੇ ਹਨ, ਕਹੋ ਕਬੀਰ ਅਬ ਕਹੀਐ ਕਾਹੇ ਸਾਧ ਸੰਗਤ ਵੈਕੁੰਠ ਹੈ ਆਏ। ਇਹ ਸਾਧ ਸੰਗਤ ਹੀ ਵੈਕੁੰਠ ਹੈ, ਜਿਹੜਾ ਸਾਧ ਸੰਗਤ ਨੂੰ ਵੀ ਵੈਕੁੰਠ ਹੈ ਇਸਦੀ ਵਡਿਆਈ, ਜਿਹੜਾ ਕਿ ਮਰਨ ਤੋਂ ਬਾਅਦ ਪ੍ਰਾਪਤ ਹੋਣ ਵਾਲਾ ਵੈਕੁੰਠ ਹੈ ਉਹਦੇ ਨਾਲੋਂ ਜ਼ਿਆਦਾ ਹੈ। ਕਿਉਂ? ਕਿਉਂਕਿ ਉੱਥੇ ਤਾਂ ਕੇਵਲ ਧਰਮੀ ਹੀ ਜਾ ਸਕਦੇ ਨੇ। ਜਿਹੜਾ ਇਹ ਸਾਧ ਸੰਗਤ ਨੂੰ ਵੀ ਵੈਕੁੰਠ ਹੈ, ਇੱਥੇ ਆਉਣ ਦੇ ਕਿਸੇ ਨੂੰ ਬੰਦਿਸ਼ ਵੀ ਹੋਈ ਨਹੀਂ, ਜਿਹਦਾ ਆਪ ਜਾ ਕੇ ਉਹ ਹਟ ਕੇ ਨਾ ਹੀ ਹੋਵੇ। ਸੋ ਦਰ ਕੈਸੇ ਛੋਟੀ ਹੈ ਜੋ ਦਰ ਐਸਾ ਹੋਵੇ। ਇਹ ਸਾਧ ਸੰਗਤ ਨੂੰ ਵੀ ਵੈਕੁੰਠ ਐਸਾ ਹੈ ਜਿੱਥੇ ਆ ਕੇ ਚੋਰ ਵੀ ਸਾਧ ਬਣ ਸਕਦੇ, ਜਿੱਥੇ ਠੱਗ ਵੀ ਸੱਜਣ ਬਣ ਜਾਂਦੇ ਹਨ, ਔਰ ਰਾਸ਼ਟਰੀ ਵਾਲੇ ਇਨਸਾਨ ਦੇਵਤੇ ਬਣ ਜਾਂਦੇ ਹਨ। ਪਿੰਗਲ ਪਰਬਤ ਪਾਰ ਕਰੇ ਖਲ ਚਤੁਰ ਕੀਤਾ, ਅੰਦੁਲੇ ਤੇ ਭਰਮ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਨੀਤਾ, ਮੈਲ ਕੋਈ ਕੋਟ ਅਧ ਹਰੇ ਮਨ ਦੀ ਮੈਲ ਲੈ ਜਾਂਦੀ ਹੈ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਸਾਧਨ ਦਿਓ ਜੀ ਕਿਸੇ ਦੀ ਮਨੋਵਿਰਤੀ ਹੈ ਉਹਦੇ ਮੁਤਾਬਕ ਉਸਨੂੰ ਸੰਗਿਆ ਮਿਲਦੀ ਹੈ। ਜੇ ਕਿਸੇ ਦੀ ਮਨੋਵਿਰਤੀ ਪ੍ਰੇਤਾਂ ਵਾਲੀ ਹੈ, ਭਗਤਾਵਹੀਨ ਨਾਮ ਕਰ ਵਿਸਰਿਤ ਤੇ ਪ੍ਰੇਤ ਹੈ, ਇਹਨੂੰ ਪਰਮਾਤਮਾ ਹੀ ਵਿਸਰ ਗਿਆ ਹੈ, ਇਹਨਾਂ ਨੇ ਆਪਣੇ ਮਾਰਗ ਨੂੰ ਆਪਣੇ ਖਸਮ ਨੂੰ ਹੀ ਵਿਸਾਰ ਦਿੱਤਾ ਹੈ। ਸਤਿਗੁਰੂ ਜੀ ਉਹਨਾਂ ਨੂੰ ਪ੍ਰੇਤ ਕਹਿੰਦੇ ਹਨ, ਜਿਹਨਾਂ ਨੇ ਆਪਣੇ ਆਪੇ ਨੂੰ ਨਹੀਂ ਪਹਿਚਾਣਿਆ। ਆਪ ਆਏ ਸ੍ਰਿਸ਼ਟ ਮੈਂ ਜਿਹੜੇ ਬੁੱਝੇ ਅਸਧੋਰ ਨਾਲ ਗੁਰੂ ਸੋ ਬੁੱਝਿਆ ਜਾ ਕੇ ਪਸ਼ੂ ਬੁੱਧੀ ਵਾਲੇ ਪ੍ਰੇਤ ਬੁੱਧੀ ਵਾਲੇ ਇਨਸਾਨ ਵੀ ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ। ਜਦੋਂ ਸਾਧ ਸੰਗਤ ਰੂਪੀ ਮਨ ਸਰੋਵਰ ਤੇ ਆਉਂਦੇ ਨੇ ਤੇ ਕਾਵਾਂ ਤੋਂ ਵੀ ਹੰਸ ਬਣ ਜਾਂਦੇ, ਕਿਆ ਭਗ ਕਿਆ ਹੰਸ ਕਿਆ ਭਗਲਾ ਜਾ ਕੇ ਨਦਰ ਕਰੇ ਜੋ ਤੁਸ ਭਾਵੈ ਨਾਨਕਾ ਕਰ ਦੋ ਹੰਸ ਕਰੇ। ਇਹ ਸਾਧ ਸੰਗਤ ਦੀ ਵਡਿਆਈ ਹੈ। ਇੱਥੇ ਪਾਪੀ ਵੀ ਆ ਸਕਦਾ ਹੈ, ਕਾਫਰ ਵੀ ਆ ਸਕਦਾ ਹੈ, ਚੋਰ ਵੀ ਆ ਸਕਦਾ ਹੈ, ਔਰ ਜੇ ਇੱਥੋਂ ਆ ਕੇ ਸ਼ੁਭ ਗੁਣ ਗ੍ਰਹਿਣ ਕਰ ਲਵੇ। ਔਰ ਜਿਹੜੀ ਸਭ ਤੋਂ ਕੀਮਤੀ ਦਾਤ ਸਾਧ ਸੰਗਤ ਤੋਂ ਪ੍ਰਾਪਤ ਹੁੰਦੀ ਹੈ, ਜੇ ਉਹਦੇ ਹਿਰਦੇ ਤੋਂ ਰਸ ਜਾਵੇ ਉਹ ਵੀ ਚੋਰ ਤੋਂ ਸਾਧ ਬਣ ਸਕਦਾ ਹੈ, ਉਹਦੇ ਜੀਵਨ ਵਿੱਚ ਵੀ ਤਬਦੀਲੀ ਆ ਸਕਦੀ ਹੈ। ਐਂ ਸਾਧ ਸੰਗਤ ਰੂਪੀ ਵੈਕੁੰਠ ਜਿਹਦੀ ਵਡਿਆਈ ਸਿਆਣੇ ਪੁਰਸ਼ਾਂ ਨੇ ਜਿਹੜਾ ਵੈਕੁੰਠ ਮਰਨ ਤੋਂ ਬਾਅਦ ਪ੍ਰਾਪਤ ਹੁੰਦਾ ਉਹਨਾਂ ਨੂੰ ਜ਼ਿਆਦਾ ਹੁੰਦੀ ਹੈ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਬਹੁਤ ਸਾਰੇ ਗੁਰੂ ਕੁਮਾਰੀ ਭਾਈ ਮਾਨੋ ਐਸੇ ਵੈਕੁੰਠ ਦਾ ਨਜ਼ਾਰਾ ਦੇਖਦੇ ਹੈ। ਅੱਜ ਸੰਤ ਕੁਝ ਨਵੇਂ ਸੱਜਣ ਆਉਂਦੇ ਨੇ, ਉਹਨਾਂ ਦਾ ਸੁਭਾਅ ਨਹੀਂ
ਨਹੀਂ ਸਤਸੰਗ ਵਿੱਚ ਬੈਠਣ ਦਾ ਪਹਿਲਾਂ ਕਦੀ ਹਾਜ਼ਰੀਆਂ ਨਹੀਂ ਭਰੀਆਂ, ਉਹਨਾਂ ਨੂੰ ਸਾਰ ਸੰਗਤ ਦਾ ਡਿਸਿਪਲਿਨ ਨਹੀਂ ਪਤਾ। ਉਹਨਾਂ ਨੇ ਆਉਂਦਿਆਂ ਸਾਰ ਦੇਖਾ ਦੇਖੀ, ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਵੀ ਕੀਤੀ, ਦੂਰ ਜਾ ਕੇ ਬੈਠ ਕੇ ਆਪਸ ਵਿੱਚ ਹੀ ਗੱਲਾਂ ਬਾਤਾਂ ਸ਼ੁਰੂ ਕਰ ਦਿੱਤੀਆਂ। ਗੁਰਬਾਣੀ ਦਾ ਕੀਰਤਨ ਹੋ ਰਿਹਾ, ਉਹਨਾਂ ਦੀ ਕੋਈ ਤਵੱਜੋ ਕੋਈ ਧਿਆਨ ਨਹੀਂ ਉਸ ਪਾਸੇ, ਬਲਕਿ ਕੀ ਗੱਲਾਂ ਕਰ ਰਹੇ ਨੇ। ਇੱਕ ਕਹਿ ਰਹੇ ਲਓ ਜੀ, ਮੈਂ ਫਲਾਣੀ ਜਗ੍ਹਾ ਗਿਆ, ਉੱਥੇ ਦੇਖਿਆ ਕਿ ਸ਼ਾਹੂਕਾਰ ਦੀ ਹਵੇਲੀ 'ਤੇ ਧੁਜਾ ਲੱਗੀ ਹੋਈ ਸੀ ਝੰਡੀ। ਉਹਦਾ ਰਿਵਾਜ਼ ਸੀ, ਜਿਹੜੇ ਵੱਡੇ ਸ਼ਾਹੂਕਾਰ ਆਉਂਦੇ ਸੀ, 5 ਲੱਖ ਰੁਪਇਆ ਆਉਂਦਾ ਆਪਣੀ ਹਵੇਲੀ ਉੱਪਰ, ਧੁਜਾ ਲਾ ਦਿੰਦਾ। ਲੋਕ ਇਸ ਨੂੰ ਧੁਜਾ ਧਾਰੀ ਸੇਠ ਕਹਿੰਦੇ। ਦੂਸਰਾ ਕਹਿੰਦੇ ਵੀ ਧੁਜਾ ਦੀ ਗੱਲ ਕਰਦਾ, ਮੈਂ ਫਲਾਣੇ ਸ਼ਾਹੂਕਾਰ ਦੀ ਹਵੇਲੀ 'ਤੇ 2 ਝੰਡੀਆਂ ਲੱਗੀਆਂ ਦੇਖੀਆਂ। ਤੀਸਰਾ ਕਹਿ ਗਿਆ, ਮੈਂ ਫਲਾਣੀ ਥਾਂ 3 ਦੇਖੀਆਂ, ਕਰਦੇ ਕਰਦੇ 7 ਤੱਕ ਪਹੁੰਚ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਨਾ, ਲਾਹੌਰ ਦਾ ਸੇਠ ਦੁਨੀ ਚੰਦ, ਉਹਦੀ ਹਵੇਲੀ ਉੱਪਰ 7 ਧੁਜਾ ਲੱਗੀਆਂ ਸਨ। ਸ਼ਹਿਰ ਦਾ ਸਭ ਤੋਂ ਵੱਡਾ ਸ਼ਾਹੂਕਾਰ ਸੀ। ਅਜੇ ਉਹ ਕਹਿਣ ਲੱਗਿਆ ਵੀ ਮੈਂ ਫਲਾਣੇ ਸ਼ਾਹੂਕਾਰ ਦੀ ਹਵੇਲੀ 'ਤੇ 7 ਧੁਜਾ ਦੇਖੀਆਂ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੇਖਿਆ ਵੀ ਇਹ ਵਿਚਾਰੇ ਪਹਿਲੀ ਵਾਰ ਆਏ ਨੇ ਗੁਰੂ ਦਰਬਾਰ ਵਿੱਚ, ਇਹਨਾਂ ਨੇ ਆਪਣਾ ਵਕਤ ਵੀ ਦਿੱਤਾ, ਆਪਣੇ ਵਿਹਾਰ ਕਾਰ ਵੀ ਛੱਡੇ, ਬੜੀ ਦੂਰੋਂ ਲੜੀਆਂ ਚੱਲ ਕੇ ਵੀ ਪਹੁੰਚੇ। ਇਹਨਾਂ ਨੇ ਗੁਰੂ ਨਾਨਕ ਦੇ ਦਰ 'ਤੇ ਆ ਕੇ ਵੀ ਕੁਝ ਖੱਟਿਆ ਹੀ ਨਾ, ਕੁਝ ਗ੍ਰਹਿਣ ਹੀ ਨਾ ਕੀਤਾ, ਫਿਰ ਇਹਨਾਂ ਦੀ ਐਫਰਟ ਇਹਨਾਂ ਦਾ ਕੀਤਾ ਹੈ, ਪੁਰਸ਼ਾਰਥ ਵਿਅਰਥ ਚਲਿਆ ਜਾਏਗਾ। ਜਦੋਂ ਸ਼ਬਦ ਦਾ ਭੋਗ ਪਿਆ, ਸਤਿਗੁਰੂ ਜੀ ਨੇ ਇਸ਼ਾਰੇ ਨਾਲ ਨਾ ਰਬਾਨੀਆਂ ਨੂੰ ਰਾਗੀਆਂ ਨੂੰ ਬਦਲ ਦਿੱਤਾ, ਔਰ ਉਹਨਾਂ ਸੱਜਣਾਂ ਨੂੰ ਆਪਣੇ ਪਾਸ ਬੁਲਾਇਆ, ਕਹਿਣਗੇ ਵੀ ਤੁਸੀਂ ਸ਼ਾਹੂਕਾਰਾਂ ਦੀਆਂ ਗੱਲਾਂ ਕਰਦੇ ਹੋ, ਤੁਹਾਨੂੰ ਸ਼ਾਹੂਕਾਰ ਚੰਗੇ ਲੱਗਦੇ ਨੇ? ਮਹਾਰਾਜ, ਦੁਨੀਆਂ ਦੀ ਵਡਿਆਈ ਉਹਦੀ ਹੈ ਜਿਹਦੇ ਪਲੇ ਧਨ ਹੈ, ਜਿਹੜੇ ਧਨ ਦੇ ਸ਼ਾਹ ਨੇ। ਲੋਕ ਉਹਨਾਂ ਦੇ ਘੁੰਮਦੇ ਨੇ, ਸਲਾਮਾਂ ਕਰਦੇ ਨੇ, ਧਨ 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 ਕੋ ਆਖੀਆ ਜਾਤਾ ਨਰ ਗੁਲਾਮ, ਸਾਰਾ ਸੰਸਾਰ ਧਨ ਦਾ ਗੁਲਾਮ ਹੈ। ਸਤਿਗੁਰੂ ਜੀ ਕਹਿੰਦੇ ਵੀ ਤੁਹਾਨੂੰ ਦੱਸੀਏ ਵੀ ਕੌਣ ਹੁੰਦੇ ਨੇ ਧਨਾਰ, ਕੌਣ ਹੁੰਦੇ ਨੇ ਸ਼ਾਹੂਕਾਰ। ਮਹਾਰਾਜ, ਇਹ ਕਿਹੜੀ ਦੱਸਣ ਵਾਲੀ, ਇਹ ਕਿਹੜੀ ਪੁੱਛਣ ਵਾਲੀ ਗੱਲ ਹੈ, ਸਾਰਾ ਹੀ ਸੰਸਾਰ ਜਾਣਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਨਹੀਂ ਜਾਣਦੇ ਜਿਹੜਾ ਸ਼ਾਹੂਕਾਰਾਂ ਦੀ ਗੱਲ ਅਸੀਂ ਕਰ ਰਹੇ ਹਾਂ। ਸਾਰ ਤੱਕ ਹੁੰਦੇ ਸਤਿਗੁਰੂ ਜੀ ਨੇ ਉਹਨਾਂ ਨੂੰ ਮੁਖਾਤਬ ਹੋ ਕੇ ਸ਼ਬਦ ਉਚਾਰਨ ਕੀਤਾ, ਭਾਗ ਛੜੇ ਹਰ ਸ਼ਬਦ ਤੋਂ ਮਾਰੇ, ਭਾਗ ਛੜੇ ਸ਼ਾਹੂਕਾਰ ਨੂੰ ਕਿਹਾ ਜਾਂਦਾ ਹੈ। ਸਤਿਗੁਰੂ ਜੀ ਦੀ ਦ੍ਰਿਸ਼ਟੀ 'ਚ ਸ਼ਾਹੂਕਾਰ ਉਹ ਨੇ ਜਿਹਨਾਂ ਦੇ ਬੰਦੇ ਨਾਮ ਧੰਨ ਹੈ, ਜਿਹਨਾਂ ਨੇ ਆਪਣਾ ਅੰਤਸਕਰਨ ਰੂਪੀ ਖਜ਼ਾਨਾ ਪਰਮੇਸ਼ਵਰ ਦੇ ਨਾਮ ਰੂਪੀ ਅਮੋਲ ਧਨ ਨਾਲ ਭਰ ਰੱਖਿਆ ਹੈ। ਭਾਗ ਛੜੇ ਹਰ ਸ਼ਬਦ ਤੋਂ ਮਾਰੇ, ਜਿਹਨ ਘਰ ਧੰਨ ਹਰ ਨਾਮਾ, ਪ੍ਰਵਾਨ ਬਣੀ ਸੇ ਇਹ ਆਏ, ਸਭ ਲੰਘਣਾ ਸੋ ਸ਼ਰਮਾ। ਵਾਹਿਗੁਰੂ ਪਾਰ ਉਠੜੇ ਹਰ ਸੰਤ
ਜਿਨ੍ਹਾਂ ਦੇ ਪੱਲੇ ਨਾਮ ਧਨ ਹੈ। ਅਰਜੁਨ ਨਾਮ ਦੇਵ ਜੀ ਨੂੰ ਜਾਗ ਧਨੀ ਤੇ ਅਣ ਨਾਮ ਕੋ ਛਿਪਰੋ ਕਹਿ ਰਹੇ ਨੇ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚੋਂ ਆਪ ਨੂੰ ਧਨ ਕਰਕੇ ਮਾਤਾ ਮਾਰ, ਜਿਸ ਕਰਕੇ ਉਹਨਾਂ ਦੀ ਭਾਵਕ ਆਪ ਨੇ ਗੁਰਮਾਨ ਕੀਤਾ ਹੈ, ਗੋਬਿੰਦ 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 ਸਾਨੂੰ ਨਾਮ ਦਿਓ ਮਨ ਜੀਣਾ। ਅਣ ਨਾਮ ਕੋ ਛਿਪਰੋ ਹੋਇਓ ਉਹ ਭਗਤ ਨਾਮਦੇਵ ਜੀ ਜਿਹਨਾਂ ਨੇ ਮਨ ਕਰਕੇ ਵੀ ਔਰ ਬਾਣੀ ਕਰਕੇ ਵੀ ਕਰਮਾਂ ਕਰਕੇ ਵੀ ਪਰਮਾਤਮਾ ਦਾ ਨਾਮ ਲਿਖੇ, ਉਹ ਸਾਰਤਾ ਮੇਰੀ ਭਗਤੀ ਹੈ। ਇਹ ਕੇਵਲ ਮਨ ਕਰਕੇ ਜਾਂ ਬਾਣੀ ਕਰਕੇ ਨਹੀਂ ਬਲਕਿ ਕਰਮਾਂ ਕਰਕੇ ਵੀ ਹੁੰਦੀ ਹੈ। ਭਗਤ ਨੇ ਜਿਹਨੇ ਕੇਵਲਾ ਮਨ ਕਰਮਣ ਬਚਸਾ, ਜਿਨ੍ਹਾਂ ਨੇ ਮਨ ਕਰਕੇ ਵਚਨਾਂ ਕਰਕੇ ਔਰ ਬਾਣੀ ਕਰਕੇ ਕਰਮਾਂ ਕਰਕੇ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੀਤੀ ਹੈ। ਭਗਤ ਜੈਦੇਵ ਜੀ ਕਥਨ ਕਰਦੇ ਨੇ ਕਿ ਉਹਨਾਂ ਨੂੰ ਹੋਰ ਕੋਈ ਜੱਗ ਕਰਨ ਦੀ, ਕੋਈ ਜੋਗ ਕਮਾਉਣ ਦੀ, ਕੋਈ ਤਪ ਕਰਨ ਦੀ, ਕੋਈ ਦਾਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਪਰ ਭਗਤ ਮੇਰੇ ਨੇ ਕੇਵਲ ਮਨ ਕਰਮਣ ਬਚਸਾ, ਜੋ ਗੇਨ ਕਿਨ ਦਾਲਿਆਂ ਦੀ ਕਿਨ ਤਪਸਾ, ਕੀ ਜ਼ਰੂਰਤ ਪਈ ਇਹਨਾਂ ਨੂੰ ਜੋਗ ਕਮਾਉਣ ਦੀ, ਯੱਗ ਕਰਨ ਦੀ, ਜਾਂ ਦੁੱਖ ਦਿਖਾ ਦੇ ਵਾਸਤੇ ਦੁਨੀਆਂ ਦੀ ਵਾਹ 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 ਲੈਣ ਦੀ, ਦਾਨ ਕਰਨ ਦੀ, ਕਿਉਂਕਿ ਸਭ ਤੋਂ ਸ੍ਰੇਸ਼ਟ ਕਰਮ ਕਰਦੇ ਨੇ ਪਰਮਾਤਮਾ ਦੀ ਭਗਤੀ ਮਨ ਰਚਨਾ ਕਰਮਾਂ ਕਰਕੇ। ਪਰ ਨਾਮਦੇਵ ਜੀ ਨੇ ਮਨ ਰਚਨਾ ਕਰਮਾਂ ਕਰਕੇ ਪਰਮੇਸ਼ਰ ਦੀ ਭਗਤੀ ਕੀਤੀ ਹੈ, ਉਹਦਾ ਨਾਮ ਜਪਿਆ ਹੈ, ਗੋਬਿੰਦ 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 ਸਨ ਨਾਮ ਦਿਓ ਮਨ ਦੀਨਾ, ਆਹ ਨਾਮ ਕੋ ਛਿਪਰੋ ਹੋਇਓ ਲਾਖੀਨਾ। ਆਤਮ ਧਨ ਕਰਕੇ ਮਾਤਾ ਮਾਰ ਨੇ ਉਹਨਾਂ ਦਾ ਹਿਰਦਾ ਰੂਪੀ ਖਜ਼ਾਨਾ ਨਾਮ ਰੂਪੀ ਅਮੋਲ ਧਨ ਭਰਿਆ ਪਿਆ। ਪਰ ਉਹ ਆਪਣਾ ਐਕਸਪੀਰੀਅੰਸ ਸੰਸਾਰ ਦੇ ਨਾਲ ਸਾਂਝਾ ਕਰਦੇ ਨੇ ਜਗਿਆਸੂ ਨੂੰ, ਕਿ ਭਾਵੇਂ ਕੋਈ ਅਰਬਾਂ ਖਰਬਾਂ ਰੁਪਏ ਖਰਚ ਕੇ ਅਸਮੇਹ ਦਿਸ਼ਾ ਵੀ ਕਰ ਦਿੰਦੇ, ਭਾਵੇਂ ਕੋਈ ਆਪਣੇ ਸਰੀਰ ਦੇ ਬਦਨ ਸਮਾਨ ਤੋੜ ਕੇ ਸੋਨਾ ਦਾਨ ਦੇ ਦੇਵੇ, ਭਾਵੇਂ ਜਿੱਥੇ ਗੰਗਾ ਜਮਨਾ ਸ੍ਰਿਸ਼ਟੀ ਇਹ ਤਿੰਨ ਦਿਵਿਆ ਇਕੱਠੇ ਹੁੰਦੇ ਨੇ, ਜਿਸ ਨੂੰ ਸਨਾਤਨ ਮਤ ਵਾਲਿਆਂ ਨੇ ਤੀਰਥਾਂ ਦੀ ਤ੍ਰਿਵੇਣੀ ਮੰਨਦੇ ਆ, ਤੀਰਥਾਂ ਦਾ ਰਾਜਾ ਪਿਆਰ ਤੀਰਥ ਕਿਹਾ, ਭਾਵੇਂ ਕਿ ਉੱਥੇ ਜਾ ਕੇ ਇਸ਼ਨਾਨ ਕਰ ਲਏ। ਅਸਮੇਰ ਜਗ ਨੇ ਉਹਨਾਂ ਗੁਰਖ ਦਾਨੇ ਪ੍ਰਿਆਗ ਇਸ਼ਨਾਨ ਹੈ, ਐਸਾ ਤਾਂ ਨਹੀਂ ਕਹਿੰਦਾ ਸਾਧਨਾ ਦਾ ਕੋਈ ਮਹਾਤਮ ਬਿਲਕੁਲ ਹੈ ਹੀ ਨਹੀਂ, ਹੋਵੇਗਾ ਥੋੜ੍ਹਾ ਬਹੁਤ ਜ਼ਰੂਰ। ਫਿਰ ਦੇਹ ਨਾਲ ਹੀ ਤੁਲਨਾ ਕੀਤੀ ਜਾਂਦੀ ਹੈ ਪਰਮਾਤਮਾ ਦੇ ਨਾਮ ਨਾਲ, ਉਸਦੀ ਭਗਤੀ ਦੇ ਨਾਲ, ਸਾਰੇ ਸਾਧਨ ਉਸਦੇ ਨਾਮ ਤੋਂ ਨਹੀਂ ਭੁੱਲ ਸਕਦੇ। ਅਸਮੇਰ ਜਗ ਨੇ ਤੁਲਾਨੇ ਪ੍ਰਿਆਗ ਇਸ਼ਨਾਨੇ ਲਹੂ ਨਾ ਪੁੱਜੈ ਹਰ ਕੀਰਤ ਨਾਮਾ, ਇਹ ਸਾਰੇ ਸਾਧਨ ਨਾਮ ਨੇ ਤੁਹਾਨੂੰ ਫਿਰ ਵੀ ਨਹੀਂ ਭੁੱਲ ਸਕਦੇ। ਜਿਵੇਂ ਉੱਧਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ
ਸਾਧ ਸੰਗਤ ਵਿੱਚ ਪਹੁੰਚਦੇ ਨੇ ਉਹਨਾਂ ਨੂੰ ਇੱਥੋਂ ਕਿ ਦੁਨੀਆਂ ਦੀ ਸਭ ਤੋਂ ਕੀਮਤੀ ਦੌਲਤ ਪ੍ਰਾਪਤ ਹੁੰਦੀ ਹੈ ਦੁਰਲਭਮ ਇਹ ਭਗਵਾਨ ਨਾਮ ਹੈ ਸਾਡੀ ਦ੍ਰਿਸ਼ਟੀ ਵਿੱਚ ਦੁਰਲਭ ਚੀਜ਼ਾਂ ਹੋਰ ਵੀ ਹੋ ਸਕਦੀਆਂ ਨੇ ਪਰ ਸਤਿਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਨਹੀਂ ਨਾ ਦੁਰਲਭਮ ਧਰਮ ਰੂਪਮ ਨਾ ਦੁਰਲਭਮ ਸਵਰਗ ਰਾਜ ਨੇ ਨਾ ਧਰਮ ਨੂੰ ਦੁਰਲਭ ਮੰਨਦੇ ਨੇ ਧਰਮ ਗੁਰੂ ਅਰਜਨ ਦੇਵ ਜੀ ਨਾ ਰੂਪ ਨੂੰ ਦੁਰਲਭ ਮੰਨਦੇ ਨੇ ਨਾ ਦੁਨੀਆਂ ਦੇ ਰਾਜ ਭਾਰ ਦੁਨੀਆਂ ਦਾ ਰਾਜ ਭਾਰਤ ਇੱਕ ਪਾਸੇ ਰਿਹਾ ਉਹਨਾਂ ਦੀ ਦ੍ਰਿਸ਼ਟੀ ਵਿੱਚ ਤੇ ਸਵਰਗ ਦਾ ਰਾਜ ਵੀ ਦੁਰਲਭ ਨੇ ਨਾ ਦੁਰਲਭਮ ਭੋਜਨਮ ਵਿੰਜਨਮ ਨਾ ਦੁਰਲਭਮ ਸੱਚ ਅੰਦਰ ਹੈ ਨਾ ਛੱਡਣ ਵਾਲੇ ਭਾਰਤ ਭਾਰਤ ਦੇ ਘੱਟ ਘੱਟ ਭੋਜਨਾਂ ਨੂੰ ਦੁਰਲਭ ਔਰ ਨਾ ਪਹਿਨਣ ਵਾਲੇ ਕੀਮਤ ਤੋਂ ਕੀਮਤੀ ਵਸਤਰਾਂ ਨੂੰ ਦੁਰਲਭ ਕਹਿ ਰਹੇ ਨਾ ਦੁਰਲਭਮ ਸੁੱਤ ਮਿੱਤਰ ਭਰਾਤ ਬੰਧ ਨਾ ਪੁੱਤਰ ਧੀਆਂ ਇਸਤਰੀ ਹੋ ਸਕੇ ਸੰਬੰਧੀ ਸਤਿਗੁਰੂ ਜੀ ਉਹਨਾਂ ਨੂੰ ਦੁਰਲਭ ਕਹਿ ਰਹੇ ਨੇ ਨਾ ਦੁਰਲਭਮ ਬੈਠਤਾ ਵਿਲਾਸ ਹੈ ਜਿਸਮਾਨੀ ਭੋਗਾਂ ਨੂੰ ਵੀ ਸਤਿਗੁਰੂ ਜੀ ਦੁਰਲਭ ਨਹੀਂ ਕਹਿ ਰਹੇ ਨਾ ਦੁਰਲਭਮ ਵਿਦਿਆ ਪ੍ਰਵੇਣਮ ਐਸੀ ਵਿਦਿਆ ਜਿਹਨੂੰ ਪੜ੍ਹ ਕੇ ਵਿਰਤੀ ਹੀ ਟੰਚਲ ਹੋ ਜਾਵੇ ਨਤ ਦੁਰਲਭਮ ਵਿਦਿਆ ਪ੍ਰਵੀਣਮ ਨਤ ਦੁਰਲਭਮ ਚਤੁਰ ਚੰਚਲ ਹੈ ਐਸੀ ਚਤੁਰਾਈ ਨੂੰ ਵੀ ਸਤਿਗੁਰੂ ਜੀ ਦੁਰਲਭ ਨਹੀਂ ਕਹਿ ਰਹੇ ਇਹ ਮਨ ਚੰਚਲਾ ਚਤੁਰਾਈ ਕਿਵੇਂ ਨਾ ਪਾਏ ਜਿਹੜੀ ਵਿਦਿਆ ਪੜ੍ਹ ਕੇ ਵਿਰਤੀ ਚੰਚਲ ਹੋ ਜਾਵੇ ਸਤਿਗੁਰੂ ਜੀ ਐਸੀ ਤਾਲੀਮ ਨੂੰ ਵੀ ਦੁਰਲਭ ਨਹੀਂ ਕਹਿ ਰਹੇ ਵਿਦਿਆ ਉਹ ਦੁਰਲਭ ਹੈ ਵਿਦਿਆ ਵਿਚਾਰੀ ਤਾਂ ਆਪਾਂ ਉਪਕਾਰੀ ਜਿਹੜੀ ਵਿਅਕਤੀ ਨੂੰ ਚੰਚਲ ਬਣਾ ਦੇਵੇ ਉਹ ਸਤਿਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਦੁਰਲਭ ਨਹੀਂ ਪਰ ਦੁਰਲਭ ਹੈ ਕਿ ਗੁਰਸਿੱਖੋ ਦੁਰਲਭ ਹੈ ਪਰਮਾਤਮਾ ਦਾ ਨਾਮ ਦੁਰਲਭਮ ਇਹ ਭਗਵਾਨ ਕਰਨਾ ਹੈ ਕਿੱਥੋਂ ਮਿਲਦਾ ਹੈ ਕਿੱਥੋਂ ਲੱਭਦਾ ਹੈ ਕਿੱਥੋਂ ਪ੍ਰਾਪਤ ਹੁੰਦਾ ਹੈ ਲੱਭਦਾ ਹੈ ਸਾਧ ਸੰਗਤ ਵਿੱਚੋਂ ਕਦੋਂ ਜਦੋਂ ਪਰਮਾਤਮਾ ਦੀ ਅਕਾਲ ਉਹ ਹੈ ਉਹਦੀ ਕਿਰਪਾ ਹੋ ਜਾਵੇ ਦੁਰਲਭਮ ਇਹ ਭਗਵਾਨ ਨਾਮ ਹੈ ਨਾਨਕ ਲੱਭਦੇ ਅਨੁਸਾਰ ਸਭ ਕਿਰਪਾ ਕਰਦਾ ਹੈ ਜਿਸ ਨੂੰ ਅੱਖਰ ਕੋਲ ਲੈਣ ਤੋਂ ਆਇਆ ਰਾਮ ਨਾਮ ਨੂੰ ਸੰਤ ਨੂੰ ਘਰ ਪਾਇਆ ਜੇ ਖਰੀਦਣਾ ਹੈ ਵਪਾਰ ਕਰਨਾ ਨਾਮ ਦਾ ਬਦਲੇ ਤੋਂ ਕੀ ਦੇਣਾ ਪਵੇਗਾ ਉਹ ਸਾਰਥਕ ਇਹ ਹੈ ਵਪਾਰ ਜਿਹੜਾ ਸਾਰਥਕ ਉਚਾ ਕੇ ਸਤਿਗੁਰੂ ਜੀ ਸੌਦਾਗਰ ਦੇ ਪਾਸ ਕੀਤਾ ਜਾਂਦਾ ਹੈ ਗੁਰੂ ਦੇ ਨਾਲ ਵਪਾਰ ਕੀਤਾ ਜਾਂਦਾ ਹੈ ਗੁਰੂ ਕਹਿੰਦਾ ਹੈ ਆਪਣਾ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਤੂੰ ਮੇਰੇ ਕੋਲ ਛੱਡ ਗਿਆ ਤਾਰੇ ਅਭਿਮਾਨ ਦੇਹੋ ਮਨ ਬੋਲ ਰਾਮ ਨਾਮ ਹਿਰਦੇ ਮਹਿ ਲਾਲ ਖੇਤ ਸੰਗ ਤਹਿ ਸੰਚਾਰ ਅਵਰ ਤਿਆਗ ਲਿਖਿਆ ਜੰਜਾਲ ਜਿਹਨਾਂ ਨੇ ਵਪਾਰ ਕੀਤਾ ਹੈ ਧੰਨ ਧੰਨ ਕਹਿਆ ਸਭ ਕੋਏ ਉਜੜ ਹਰ ਦਰ ਕਹਿ ਸੋਏ ਸਾਰਥਕ ਦੇ ਵਪਾਰ ਹੈ ਭਾਵੇਂ ਲਾਭ ਵਾਲਾ ਪਰ ਕਰਦੇ ਨੀ ਮਿਲਦੇ ਹੀ ਕਹ ਨਾਨਕ ਕਿਰਪਾ ਕਰੇ ਵਿਸ਼ਨੂੰ ਇਹ ਮਤ ਦੇ ਜਗ ਮੈਂ ਹੁਕਮ ਕਾਢੀ ਹੈ ਮਿਲਦੇ ਇਹ ਵਪਾਰ ਮਿਲਦਾ ਵਪਾਰ ਹੈ ਨਾਨਕ ਤਾਕੈ ਸਰਬ ਸਾਰੇ ਸੰਗਤ ਵਿੱਚ ਆਪਾਂ ਇਹ ਵਪਾਰ ਕਰਨ ਵਾਸਤੇ ਆਏ ਹਾਂ ਆਪਣੇ ਵਿਹਾਰ ਕਰ ਛੱਡ ਕੇ ਕਿਉਂਕਿ ਸਾਰੇ ਸੰਗਤ ਉਸੇ ਦੂਰ ਜਾਂ ਉਸੇ ਇਕੱਠ ਉਸੇ ਇਕੱਤਰਤਾ ਦਾ ਨਾਮ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਜਿੱਥੇ ਨਾਮ ਦੀ ਮਹਿਮਾ ਪ੍ਰਾਪਤ ਹੋ ਕੇ ਆਉਂਦਾ ਹੈ ਔਰ ਆਪਾਂ ਇੱਥੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਵਪਾਰ ਕਰਨਾ ਹੈ ਇੱਥੇ ਬੈਠ ਕੇ ਦੁੱਖ ਗ੍ਰਹਿਣ ਕਰਨਾ ਹੈ ਜਿਹੜਾ ਆਪਾਂ ਨੂੰ ਉਸਦਾ ਫਲ ਪ੍ਰਾਪਤ ਹੋਣਾ ਹੈ ਉਹਦੀ ਮਾਤ ਭਾਈ ਸਾਹਿਬ ਜੀ ਨੇ ਕਥਨ ਕੀਤਾ ਵੀ ਜਿਹੜਾ ਗੁਰਮੁਖਾਂ ਦੀ ਸਤਿਪੁਰਸ਼ਾਂ ਦੀ ਸੋਚ ਵਿੱਚੋਂ ਜੋ ਕੁਝ ਮਿਲਦਾ ਹੈ ਤੈਸੇ ਗੁਰਬਚਨ ਸਚਨ ਗੁਰ ਸਿੱਖਣ ਮੈਂ ਕਿ ਜਿਹੜਾ ਉਸਦਾ ਫਲ ਹੈ ਮਹਾਤਮ ਹੈ ਇਸ ਮਹਾਤਮਾ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਸਚਖੰਡ ਦਰਬਾਰ ਵਿੱਚ ਜਾਂਦਾ ਹੈ ਜੈਸੇ ਹੀਰਾ ਹਾਥ ਮੈਂ ਤਨ ਸੋ ਦਿਖਾਈ ਦੇ ਮੋਲ ਪਾਏ ਤੇ ਦਮਕਨ ਭਗਤ ਭੰਡਾਰ ਜੀ ਜੈਸੇ ਬਰਬਾਦੇ ਹੁੰਦੀ ਦਾਗ ਨਾ ਭਾਰ ਕੱਚ ਆ ਕੇ ਜਾਏ ਪਾਈ ਜਤ ਲਛਮੀ ਅਪਾਰ ਜੀ ਜੈਸੇ ਬਟ ਬੀਵੀ ਜਤ ਸੂਖਮ ਸਰੂਪ ਹੋਤ ਬੋਏ ਸਹਿ ਵਿਵਲ ਕਰੈ ਬਿਰਖਾ ਵਿਸਤਾਰ ਜੀ ਐਸੇ ਗੁਰਬਚਨ ਸਤਨ ਗੁਰ ਸਿੱਖਣ ਮੈਂ ਜਾਂਦੀ ਹੈ ਮਹਾਤਮ ਗਏ ਜੀ ਹਰਿਦੁਆਰ ਜੀ ਅਬ ਆਪਾਂ ਇੱਥੇ ਸਤਿਗੁਰੂ ਜੀ ਦੇ ਪਵਿੱਤਰ ਹਜ਼ੂਰ ਵਿੱਚ ਬੈਠ ਕੇ ਇਹ ਸਤਿਗੁਰਾਂ ਦਾ ਨਾਮ ਦਾ ਵਪਾਰ ਕਰਨੀ ਜਾਂਚ ਸਿੱਖੀਏ ਕਿਉਂਕਿ ਆਪਣਾ ਇੱਥੇ ਹੁੰਦਾ ਕੇਵਲ ਔਰ ਕੇਵਲ ਇੱਕ ਹੀ ਮਨੋਰਥ ਹੋਣਾ ਚਾਹੀਦਾ ਪਰ ਵਿਹਾਰਕਾਰ ਛੱਡ ਕੇ ਜੇ ਸਾਰੇ ਸੰਤ ਗੁਰੂ ਦਰਬਾਰ ਆ ਗਏ ਸਾਰੇ
ਕਰਦੇ ਥੇ ਇਹ ਕੋਈ ਸੋਸ਼ਲ ਗੈਦਰਿੰਗ ਨਹੀਂ ਜੇ ਆਪਾਂ ਸਾਧ ਸੰਗਤ ਪਹੁੰਚੇ ਹਾਂ ਸਾਧ ਸੰਗਤ ਇਸ ਮਕਸਦ ਵਾਸਤੇ ਬਣਾਈ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਮ ਨਾਂ ਰਵਦ ਵੇਂ ਸਾਧ ਸੰਗਤ ਉੱਥੇ ਰੱਬ ਦੇ ਰੰਗ ਵਿੱਚ ਰਹਿੰਦੇ ਗੁਰਮੁਖ ਕਰੂ ਮੁਹੱਬਤ ਬਾਗ ਦਾ ਰੰਗ ਬਣਾਉਂਦੇ ਉਸ ਪਰਮਾਤਮਾ ਦੇ ਅਕਾਲ ਪੁਰਖ ਹੋਏ ਉਹਦੀ ਸਿਰਫ ਕਰਦੇ ਨੇ ਉਹਨਾਂ ਦਾ ਇੱਥੇ ਆਉਣ ਦਾ ਹੋਰ ਕੋਈ ਮਨੋਰਥ ਨਹੀਂ ਹੁੰਦਾ ਸੋ ਆਪਣਾ ਵੀ ਇੱਥੇ ਆਉਣ ਦਾ ਕੇਵਲ ਇਹੋ ਹੀ ਮਨੋਰਥ ਹੋਣਾ ਚਾਹੀਦਾ ਹੈ ਫਿਰ ਆਪਣਾ ਇਹ ਕੀਤਾ ਹੋਇਆ ਪੁਰਸ਼ਾਰਥ ਸਭ ਬਣ ਸਕਦਾ ਆਹ ਹੁਣ ਸਭ ਗੁਰੂ ਪਾਏ ਪਾਏ ਸ੍ਰੀ ਅਨੰਦ ਸਾਹਿਬ ਗਾਇਨ ਕਰੋ ਫਿਰ ਸਭਨਾਂ ਨੇ ਅਰਦਾਸ ਸਾਵਧਾਨ ਹੋਣਾ ਗੁਰੂ ਮਹਾਰਾਜ ਦਾ ਗੁਰਨਾਮਾ ਸਿਰਮ ਕਰਨਾ ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਨਾਲ ਚੱਕਰਾਂ ਨੂੰ ਕਰ ਦਿੱਤਾ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਮਯਾ ਮੇਰੀ ਵਾਰੇ Oh.